ਸਤਿ ਸ਼੍ਰੀ ਅਕਾਲ ਜੀ, ਆਪਾਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੇਰਾ ਬਸੀ ਥਾਣੇ ਦੀਆਂ ਹੈਗੀਆਂ। ਇੱਥੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੀਤੀ ਰਾਤ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਹੈਗੇ ਉੱਥੇ ਅਚਾਨਕ ਜਿਹੜੇ ਹੈਗੇ ਡੇਰਾ ਬਸੀ ਥਾਣੇ ਦੇ ਜਿਹੜਾ ਦੌਰਾ ਕਰ ਰਹੇ ਸੀ, ਉਹਨਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਨਾਲ ਨਾਲ ਜੋ ਡੇਰਾ ਬਸੀ ਵਿੱਚ ਜੋ ਜਾਮ ਲੱਗ ਰਿਹਾ ਉਸ ਦੀ ਜਿਹੜੀ ਹੈਗੀ ਆ ਦੌਰਾ ਕੀਤਾ ਗਿਆ ਔਰ ਸਮੀਖਿਆ ਕੀਤੀ ਗਈ ਕਿ ਇੱਥੇ ਕਿਹੜੇ ਕਿਹੜੇ ਕੰਮ ਕਿਹੜੇ ਕਿਹੜੇ ਜਿਹੜੇ ਸੁਧਾਰ ਹੋਣ ਵਾਲੇ ਹੈਗੇ ਆ। ਇਸ ਸੰਬੰਧੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ DIG ਗੁਰਪ੍ਰੀਤ ਸਿੰਘ ਭੁੱਲਰ ਸਮੇਤ SSP ਮੋਹਾਲੀ ਅਤੇ ਹੋਰ ਕਾਫੀ ਜਿਹੜੇ ਆਲਾ ਅਧਿਕਾਰੀ ਪੁਲਿਸ ਜਿਹੜੇ ਅਚਨਚੇਤ ਜਿਹੜੇ ਹੈਗੇ ਡੇਰਾ ਬਸੀ ਥਾਣੇ ਵਿੱਚ ਪਹੁੰਚੇ ਅਤੇ ਉੱਥੇ ਦੀਆਂ ਸੁਰੱਖਿਆ ਪ੍ਰਬੰਧਾਂ ਜਿਹੜੀ ਜਾਂਚ ਕੀਤੀ। ਥਾਣੇ ਦੀ ਚੈਕਿੰਗ ਕਰਨ ਆਏ ਸੀ, ਇਹਦਾ ਕਿਆ ਮਕਸਦ ਹੈ ਸਰ? ਜਿਹੜਾ ਇਹ ਸਾਰਾ ਟ੍ਰੈਫਿਕ ਦਾ ਜਿਹੜਾ ਇੱਥੇ ਪ੍ਰੋਬਲਮ ਹੈਗੀ ਹੈ, ਕੰਜੈਸ਼ਨ ਵਗੈਰਾ ਆਉਂਦੀ ਹੈ, ਲੋਕਾਂ ਦੀਆਂ ਕੰਪਲੇਂਟਸ ਵੀ ਆਉਂਦੀਆਂ ਔਰ ਕਾਫੀ ਜੈਮ ਲੱਗਦਾ ਹੈ। ਉਸ ਸਿਲਸਿਲੇ 'ਚ ਅਸੀਂ ਦੇਖਣ ਆਏ ਸੀ ਸਾਰਾ ਏਰੀਆ। ਉਸ ਤੋਂ ਬਾਅਦ ਅਸੀਂ ਚੈਕਿੰਗ ਕੀਤੀ ਆ ਥਾਣੇ ਦੀ, ਡੇਰਾ ਬਸੀ ਦੀ, ਇਹਦੀ ਓਵਰਆਲ ਸਿਕਿਉਰਿਟੀ ਅਤੇ ਜਿਹੜੇ ਸਾਡੀ ਫੈਮਿਲੀ ਪਿੱਛੇ ਰਹਿੰਦੀ ਹੈ ਉਹਨਾਂ ਦੇ ਵੈਲਫੇਅਰ ਬਾਰੇ ਵੀ, ਉਹਨਾਂ ਵੱਲੋਂ ਵੀ ਸੀਗਾ ਵੀ ਸਾਡੇ ਪ੍ਰੋਪਰ ਲਾਈਟਿੰਗ ਵਗੈਰਾ ਨਹੀਂ ਹੈ, ਉਹ ਵੀ ਸਾਰੀ ਅਸੀਂ ਜਿਹੜੀ ਰਿਵਿਊ ਕੀਤੀ ਹੈ ਆਵਰ ਲੈਵਲ, ਸੋ ਦੈਟ ਜਿਹੜਾ ਇੱਕ ਸਾਡਾ ਡਿਸਪੋਜ਼ਲ ਆਫ ਮਾਲ ਮੁਕੱਦਮਾ ਹੈ ਜਿਹੜਾ ਇੰਨਾ ਪਿਆ ਉਹਦੀ ਵੀ ਸਾਰੀ ਅਸੀਂ ਰਿਵਿਊ ਕੀਤਾ, ਅਸੀਂ ਡਿਸਪੋਜ਼ਲ ਕਰਨਾ। ਇੱਕ ਸਰ ਇੱਥੇ ਤੁਹਾਡੇ ਧਿਆਨ 'ਚ ਮੈਂ ਪ੍ਰੋਬਲਮ ਦੱਸਣਾ ਚਾਹੁੰਦਾ ਵੀ ਲਾਈਟ ਚਲੀ ਜਾਂਦੀ ਹੈ 2 ਜਾਂ 3 ਘੰਟੇ ਤੋਂ ਬਾਅਦ ਜਨਰੇਟਰ ਬੰਦ ਹੋ ਜਾਂਦੇ ਆ, ਅੰਧੇਰਾ ਆ ਜਾਂਦਾ ਬਿਲਕੁਲ ਥਾਣੇ 'ਚ ਵੀ, ਬਾਈ ਚਾਂਸ ਕਦੀ ਕੋਈ ਪ੍ਰੋਬਲਮ ਆ ਜਾਂਦੀ ਹੈ। ਡੇਰਾ ਤੁਸੀਂ MC ਕੋਲ ਘੱਟ ਤੋਂ ਘੱਟ 15 ਤੋਂ 20 ਜਨਰੇਟਰ ਫਾਲਤੂ ਦੇ ਪਏ ਆ, ਉਹ ਆਪਾਂ ਇੱਕ ਰੱਖ ਕੇ ਇੱਥੇ ਲੈਟ ਦਾ ਵੀ ਕਰ ਸਕਦੇ ਹਾਂ। ਤੁਸੀਂ ਲੱਗੋ ਵੀ ਜਿੱਦਾਂ ਹੁਣ ਅਟੈਕ ਵੀ ਹੋ ਰਿਹਾ, ਥਾਣੇ 'ਤੇ ਹਮਲਾ ਹੋਇਆ, ਬਾਈ ਚਾਂਸ ਖੁਦਾ ਨਾ ਕਾਸਤ ਇਹੋ ਜਿਹੀ ਕੋਈ ਪ੍ਰੋਬਲਮ ਆਉਂਦੀ, ਅੰਧੇਰਾ ਹੋਏਗਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਉਹ SSP ਸਾਹਿਬ ਨੂੰ ਮੈਂ ਰਿਕੁਐਸਟ ਕਰਦਾ ਕਿ DC ਸਾਹਿਬ ਨਾਲ ਗੱਲ ਕਰਕੇ ਜਾਂ ਜਿਹੜੇ ਮਿਊਂਸਪਲ ਅਥਾਰਟੀਜ਼ ਨੇ ਉਹਨਾਂ ਨਾਲ ਗੱਲ ਕਰਕੇ ਜੇ ਉਹ ਸਪੇਅਰ ਕਰ ਸਕਦੇ ਹੋ। ਸਪੇਅਰ ਹੀ ਪਏ ਆ ਸਰ, ਕੋਈ ਗੱਲ ਨਹੀਂ, ਆਪਾਂ ਉਹਨਾਂ ਪਾਣੀ ਦੀ ਟੈਂਕੀ 'ਤੇ 15 ਤੋਂ 20 ਜਨਰੇਟਰ ਵੱਡੇ ਪਏ ਆ, ਪਹਿਲਾਂ ਫਾਇਰ ਬ੍ਰਿਗੇਡ 'ਚ ਵੀ ਇਹੀ ਪ੍ਰੋਬਲਮ ਆਈ ਸੀ, ਵਰਕਆਊਟ ਕਰ ਲੈਂਦੇ ਹਾਂ ਵੀ ਮੈਂ ਦੱਸ ਰਿਹਾ ਵੀ ਇਹ ਪ੍ਰੋਬਲਮ ਆ ਜਾਂਦੀ ਹੈ। ਠੀਕ ਹੈ, ਵਗੈਰਾ ਆਉਂਦੀ ਹੈ, ਲੋਕਾਂ ਦੀਆਂ ਕੰਪਲੇਂਟਸ ਵੀ ਆਉਂਦੀਆਂ ਔਰ ਕਾਫੀ ਜੈਮ ਲੱਗਦਾ ਹੈ। ਉਸ ਸਿਲਸਿਲੇ 'ਚ ਅਸੀਂ ਦੇਖਣ ਆਏ ਸੀ ਸਾਰਾ ਏਰੀਆ। ਉਸ ਤੋਂ ਬਾਅਦ ਅਸੀਂ ਚੈਕਿੰਗ ਕੀਤੀ ਆ ਥਾਣੇ ਦੀ, ਡੇਰਾ ਬਸੀ ਦੀ, ਇਹਦੀ ਓਵਰਆਲ ਸਿਕਿਉਰਿਟੀ ਅਤੇ ਜਿਹੜੇ ਸਾਡੀ ਫੈਮਿਲੀ ਪਿੱਛੇ ਰਹਿੰਦੀਆਂ ਉਹਨਾਂ ਦੇ ਵੈਲਫੇਅਰ ਬਾਰੇ ਵੀ, ਉਹਨਾਂ ਵੱਲੋਂ ਵੀ ਸੀਗਾ ਵੀ ਸਾਡੀ ਪ੍ਰੋਪਰ ਲਾਈਟਿੰਗ ਵਗੈਰਾ ਨਹੀਂ ਹੈ, ਉਹ ਵੀ ਸਾਰੀ ਅਸੀਂ ਜਿਹੜੀ ਰਿਵਿਊ ਕੀਤੀ ਹੈ ਆਵਰ ਲੈਵਲ, ਸੋ ਦੈਟ ਜਿਹੜਾ ਇੱਕ ਸਾਡਾ ਡਿਸਪੋਜ਼ਲ ਆਫ ਮਾਲ ਮੁਕੱਦਮਾ ਹੈ ਜਿਹੜਾ ਇੰਨਾ ਪਿਆ ਉਹਦੀ ਵੀ ਸਾਰੀ ਅਸੀਂ ਰਿਵਿਊ ਕੀਤਾ ਕਿ ਉਹਨੂੰ ਕਿਸ ਤਰ੍ਹਾਂ ਅਸੀਂ ਡਿਸਪੋਜ਼ਲ ਕਰ